ਜ਼ਿਲ੍ਹਾ ਤਰਨਤਾਰਨ ਹਰ ਰੋਜ਼ ਨਵੀਆਂ ਸੁਰਖੀਆਂ ਬਟੋਰ ਰਿਹਾ ਹੈ। ਪਹਿਲਾਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਹਥਿਆਰਾਂ ਦਾ ਲਾਇਸੈਂਸ ਬਣਾਉਣ ਦਾ ਵੱਡਾ ਖੁਲਾਸਾ ਹੋਇਆ ਸੀ ਅਤੇ ਹੁਣ ਨਵਾਂ ਖੁਲਾਸਾ ਇਹ ਹੋਇਆ ਹੈ ਕਿ ETT ਭਰਤੀ ਦੇ ਵਿੱਚ ਵੱਡਾ ਘੁਟਾਲਾ ਹੋਇਆ। 16 ਟੀਚਰ ਜਿਹੜੇ ਕਿ ਭਰਤੀ ਕੀਤੇ ਗਏ ਸਨ ਉਹਨਾਂ ਦੇ ਵੱਲੋਂ ਜਾਅਲੀ ਸਰਟੀਫਿਕੇਟ ਦਿਖਾ ਕੇ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਲਈ ਗਈ ਅਤੇ ਲੰਬੇ ਸਮੇਂ ਤੋਂ ਇਹ ਸਰਕਾਰੀ ਤਨਖਾਹਾਂ ਦਾ ਵੀ ਲਾਭ ਲੈ ਰਹੇ ਸਨ ਅਤੇ ਹੁਣ 16 ਅਧਿਆਪਕਾਂ ਦੇ ਨਾਮ ਸਾਹਮਣੇ ਆਏ ਹੈ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਜੀਆਂ ਦੱਸੀਏ ਕਿ ਹੁਣ ਵਿਜੀਲੈਂਸ ਬਿਊਰੋ ਪੰਜਾਬ ਦੇ ਵੱਲੋਂ ਇੱਕ ਹੋਰ ਨਵਾਂ ਖੁਲਾਸਾ ਕੀਤਾ ਗਿਆ। ਬੁਲਾਰੇ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਰਨ ਤਾਰਨ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ 16 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਸਰਕਾਰ ਵੱਲੋਂ 2008-09 ਦੇ ਵਿੱਚ 9,999 ਟੀਚਿੰਗ ਫੈਲੋ ਭਰਤੀ ਕੀਤੇ ਗਏ ਸਨ। ਭਰਤੀ ਸਮੇਂ ਉਕਤ ਵਿਅਕਤੀਆਂ ਦੇ ਵੱਲੋਂ ਤਜ਼ਰਬੇ ਦੇ ਜਾਅਲੀ ਸਰਟੀਫਿਕੇਟ ਅਤੇ ਪੇਂਡੂ ਖੇਤਰਾਂ ਦੇ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਗਈ। ਵਿਜੀਲੈਂਸ ਦੇ ਵੱਲੋਂ ਲੰਬੀ ਜਾਂਚ ਤੋਂ ਬਾਅਦ ਹੁਣ ਤਰਨ ਤਾਰਨ ਦੇ ਅਜਿਹੇ 16 ਟੀਚਿੰਗ ਫੈਲੋਆਂ ਖਿਲਾਫ਼ ਧੋਖਾਧੜੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ DSP ਸਿਟੀ ਤਰਸੇਮ ਮਸੀਹ ਦੇ ਵੱਲੋਂ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ, ਉਹ ਵੀ ਸੁਣ ਲੈਂਦੇ ਆ। ਇਹ ਮਾਨਯੋਗ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਤੋਂ ਇਨਕੁਆਇਰੀ ਹੋਈ, ਉਹਨੇ ਕੀਤੀ ਆ। ਸਾਰੇ ਪੰਜਾਬ ਦੇ ਵਿੱਚ ਵੱਖ ਵੱਖ ਉਦੋਂ ਪੋਸਟਾਂ ਨਿਕਲੀਆਂ ਸੀ ਟੀਚਰਾਂ ਦੀਆਂ, ਕਿਹਨੇ ਵੱਖ ਵੱਖ ਭਰਤੀ ਹੋਈ, ਪਰ ਕੁਝ ਇਹਨਾਂ ਇਨਕੁਆਇਰੀ ਕਰਦੇ ਜਾਅਲੀ ਸਰਟੀਫਿਕੇਟ ਪਾਏ ਗਏ ਨੇ। ਉਹਨਾਂ ਦੇ ਸੰਬੰਧ ਵਿੱਚ ਸਾਡੇ ਜਿਹੜੇ ਤਨ ਤਨ ਦੇ 16 ਜਿਹੜੇ ਟੀਚਰ ਹੈ, ਕੁਝ ਨੌਕਰੀ ਕਰਦੇ ਸੀ, ਕੋਈ ਕਰਨੀ, ਉਹਨਾਂ ਦੇ ਪਰਚਾ ਦਰਜ ਹੋਇਆ ਵਾ 140/24। ਫੀਮੇਲ ਤਾਂ ਮੇਲ ਤਕਰੀਬਨ ਸਾਰੇ ਮੇਰੇ 16 ਹੀ ਨੇ, ਕੋਈ ਮੇਲ ਹੈ ਕੋਈ ਫੀਮੇਲ। ਤਰਨ ਤਾਰਨ ਜ਼ਿਲ੍ਹੇ ਦੇ ਇੱਕ, ਹਾਂਜੀ, ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਅੱਗੇ ਬਸ FIR ਲਾਓ ਜੋ ਕੀ ਆ, ਇਹਦੇ ਮੁਤਾਬਿਕ ਜੋ ਵੀ ਆ ਆਪਣਾ ਕਾਗਜ਼ ਪੱਤਰ ਤਿਆਰ ਕਰਕੇ ਅਤੇ ਮਿਸਲ ਤਿਆਰ ਹੋ ਗਈ ਤਾਂ ਫਿਰ ਇਹਨਾਂ ਦੇ ਰੇਡ ਕਰਕੇ ਫਿਰ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਏਗੀ। ਜ਼ਿਲ੍ਹਾ ਤਰਨ ਤਾਰਨ ਹਰ ਰੋਜ਼ ਨਵੀਆਂ ਸੁਰਖੀਆਂ ਬਟੋਰ ਰਿਹਾ ਹੈ। ਪਹਿਲਾਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਹਥਿਆਰਾਂ ਦਾ ਲਾਇਸੈਂਸ ਬਣਾਉਣ ਦਾ ਵੱਡਾ ਖੁਲਾਸਾ ਹੋਇਆ ਸੀ ਅਤੇ ਹੁਣ ਨਵਾਂ ਖੁਲਾਸਾ ਇਹ ਹੋਇਆ ਹੈ ਕਿ ETT ਭਰਤੀ ਦੇ ਵਿੱਚ ਵੱਡਾ ਘੁਟਾਲਾ ਹੋਇਆ। 16 ਟੀਚਰ ਜਿਹੜੇ ਕਿ ਭਰਤੀ ਕੀਤੇ ਗਏ ਸਨ ਉਹਨਾਂ ਦੇ ਵੱਲੋਂ ਜਾਅਲੀ ਸਰਟੀਫਿਕੇਟ ਦਿਖਾ ਕੇ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਲਈ ਗਈ ਅਤੇ ਲੰਬੇ ਸਮੇਂ ਤੋਂ ਇਹ ਸਰਕਾਰੀ ਤਨਖਾਹਾਂ ਦਾ ਵੀ ਲਾਭ ਲੈ ਰਹੇ ਸਨ ਅਤੇ ਹੁਣ 16 ਅਧਿਆਪਕਾਂ ਦੇ ਨਾਮ ਸਾਹਮਣੇ ਆਏ ਹੈ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਜੀਆਂ ਦੱਸੀਏ ਕਿ ਹੁਣ ਵਿਜੀਲੈਂਸ ਬਿਊਰੋ ਪੰਜਾਬ ਦੇ ਵੱਲੋਂ ਇੱਕ ਹੋਰ ਨਵਾਂ ਖੁਲਾਸਾ ਕੀਤਾ ਗਿਆ। ਬੁਲਾਰੇ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਰਨ ਤਾਰਨ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ 16 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਸਰਕਾਰ ਵੱਲੋਂ 2008-09 ਦੇ ਵਿੱਚ 9,999 ਟੀਚਿੰਗ ਫੈਲੋ ਭਰਤੀ ਕੀਤੇ ਗਏ ਸਨ। ਭਰਤੀ ਸਮੇਂ ਉਕਤ ਵਿਅਕਤੀਆਂ ਦੇ ਵੱਲੋਂ ਤਜ਼ਰਬੇ ਦੇ ਜਾਅਲੀ ਸਰਟੀਫਿਕੇਟ ਅਤੇ ਪੇਂਡੂ ਖੇਤਰਾਂ ਦੇ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਗਈ। ਵਿਜੀਲੈਂਸ ਦੇ ਵੱਲੋਂ ਲੰਬੀ ਜਾਂਚ ਤੋਂ ਬਾਅਦ ਹੁਣ ਤਰਨ ਤਾਰਨ ਦੇ ਅਜਿਹੇ 16 ਟੀਚਿੰਗ ਫੈਲੋਆਂ ਖਿਲਾਫ਼ ਧੋਖਾਧੜੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ DSP ਸਿਟੀ ਤਰਸੇਮ ਮਸੀਹ ਦੇ ਵੱਲੋਂ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ, ਉਹ ਵੀ ਸੁਣ ਲੈਂਦੇ ਆ। ਇਹ ਮਾਨਯੋਗ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਤੋਂ ਇਨਕੁਆਇਰੀ ਹੋਈ, ਉਹਨੇ ਕੀਤੀ ਆ। ਸਾਰੇ ਪੰਜਾਬ ਦੇ ਵਿੱਚ
ਉਹ ਵੱਖ ਵੱਖ ਉਦੋਂ ਪੋਸਟਾਂ ਨਿਕਲੀਆਂ ਸੀ ਟੀਚਰਾਂ ਦੀਆਂ, ਕਿਸੇ ਵੱਖ ਵੱਖ ਭਰਤੀ ਹੋਈ, ਪਰ ਕੁਝ ਇਹਨਾਂ ਇਨਕੁਆਇਰੀ ਕਰਦੇ ਜਾਅਲੀ ਸਰਟੀਫਿਕੇਟ ਪਾਏ ਗਏ ਨੇ ਉਹਨਾਂ ਦੇ ਸੰਬੰਧ ਵਿੱਚ। ਸਾਡੇ ਜਿਹੜੇ ਤਰਨ ਤਾਰਨ ਦੇ 16 ਜਿਹੜੇ ਟੀਚਰ ਹੈ ਉਹਦੀ ਨੌਕਰੀ ਕਰਦੇ ਸੀ ਕੋਈ ਕਰਨੀ, ਉਹਨਾਂ ਦੇ ਪਰਚਾ ਦਰਜ ਹੋਇਆ ਵਾ 140/24। ਫੀਮੇਲ ਤਾਂ ਮੇਲ ਤਕਰੀਬਨ ਸਾਰੇ ਮੇਰੇ 16 ਹੀ ਨੇ, ਕੋਈ ਮੇਲ ਹੈ ਕੋਈ ਫੀਮੇਲ ਹੈ। ਤਰਨ ਤਾਰਨ ਜ਼ਿਲ੍ਹੇ ਦੇ ਇੱਕ, ਹਾਂਜੀ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਰੱਖਦੇ। ਅੱਗੇ ਬਸ FIR ਲੌਜ ਹੋ ਗਈ ਆ, ਇਹਦੇ ਮੁਤਾਬਿਕ ਜੋ ਵੀ ਆ ਆਪਣਾ ਕਾਗਜ਼ ਪੱਤਰ ਤਿਆਰ ਕਰਕੇ ਅਤੇ ਮਿਸਲ ਤਿਆਰ ਹੋ ਗਈ ਤਾਂ ਫਿਰ ਇਹਨਾਂ ਦੇ ਰੇਡ ਕਰਕੇ ਫਿਰ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਏਗੀ।